Okay, so higher purpose of life. So ਇਹਦੀਆਂ ਤਿੰਨ ਸਟੇਜਾਂ ਗੁਰੂ ਸਾਹਿਬ ਨੇ ਡਿਫਾਈਨ ਕੀਤੇ। ਮੈਂ ਸਿੱਖ ਧਰਮ ਦੇ ਬੇਸ ਤੇ ਬੋਲ ਦਿੰਦਾ ਬਿਕੋਜ਼ ਮੈਨੂੰ ਉਹਦਾ ਜ਼ਿਆਦਾ ਪਤਾ। ਸੋ ਵੈਸੇ ਵੀ ਫਿਲੋਸੋਫੀਕਲ ਐਸਪੈਕਟ ਤੇ ਕੀ ਆ ਪਰਪਸ ਆਫ ਲਾਈਫ ਕੀ ਆ। ਸੋ ਸਟੇਜ ਆਪਣੀਆਂ ਸਟੇਜ ਆ, ਆਪਣੀ ਸਟੇਜ 1 ਜਿਹੜੀ ਹੈਗੀ ਆ ਉਹ ਬੇਸਿਕਲੀ ਹੈਗੀ ਆ ਕਿ ਜਿਹੜੀ ਆ ਬਾਡੀ ਆਪਣੀ ਇਹਨੂੰ ਆਪਾਂ ਨੇ ਜਿਉਂਦੇ ਰੱਖਣਾ, ਫਿਜ਼ੀਕਲ ਆ ਉਹ ਸਾਰਾ ਕੁਝ। ਤੇ ਸਾਰੀ ਜਦੋਜਹਿਦ ਜਿਹੜੀ ਆ ਆਪਾਂ ਘਰ ਖਰੀਦਦੇ ਆ, ਘਰ ਮੋਰਗੇਜ ਪੇ ਆਫ ਕਰਦੇ ਆ, ਕੰਮ ਤੇ ਜਾਂਦੇ ਆ, ਪੈਸੇ ਲਿਆਉਂਦੇ ਆ, ਉਹ ਪ੍ਰੈਡੋਮੀਨੈਂਟਲੀ ਆਪਾਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਪੁਰਾਣੇ ਜ਼ਮਾਨੇ ਵਿੱਚ ਆਪਾਂ ਤੀਰ ਮਾਰ ਕੇ ਜਾਨਵਰ ਨੂੰ ਮਾਰ ਕੇ ਲਿਆਉਂਦੇ ਸੀ, ਅੱਗ ਬਾਲ ਕੇ ਉਹਨੂੰ ਰੋਸਟ ਕਰਕੇ ਖਾ ਲਿਆ ਪੁਰਾਣੇ ਜ਼ਮਾਨੇ 'ਚ, ਬਹੁਤ ਬਹੁਤ ਪੁਰਾਣੇ ਜ਼ਮਾਨੇ 'ਚ, ਰਾਈਟ। ਉਦੋਂ ਵੀ ਆਪਣੀ ਸਟੇਜ 1 ਦੀ ਲਾਈਫ ਸੀਗੀ, ਆਪਾਂ ਨੇ ਫਿਜ਼ੀਕਲ ਆਪਣੇ ਆਪ ਨੂੰ ਜਿਉਂਦੇ ਰੱਖਣਾ, ਇਹ ਪਹਿਲੀ ਪਰਪਸ ਆਫ ਲਾਈਫ ਆ। ਇਹ ਲੋਅਰ ਪਰਪਸ ਆਫ ਲਾਈਫ ਆ ਵੀ ਤੁਸੀਂ ਜਿਉਂਦੇ ਰੱਖਣਾ। ਲੇਕਿਨ ਇੱਕ ਟਾਈਮ ਜ਼ਿੰਦਗੀ 'ਚ ਐਸਾ ਆਉਂਦਾ ਜਦੋਂ ਤੁਹਾਨੂੰ ਤੁਹਾਡੇ ਕੋਲ ਇਨਫ ਹੋ ਜਾਂਦਾ ਕਿ ਤੁਸੀਂ ਆਪਣੀ ਫਿਜ਼ੀਕਲ ਲਾਈਫ ਨੂੰ ਜਿਉਂਦੇ ਰੱਖ ਸਕਦੇ ਹੋ। ਆਪਾਂ $15-17 'ਤੇ ਕੰਮ ਕਰੀਏ ਤਾਂ ਆਪਾਂ ਆਪਣੇ ਫਿਜ਼ੀਕਲ ਨੂੰ ਕੈਨੇਡਾ ਦੇ ਵਿੱਚ ਆਪਾਂ ਜਿਉਂਦੇ ਰੱਖ ਸਕਦੇ ਹਾਂ। ਜੇ ਇੱਕ ਬੰਦਾ ਕੋਈ $17-18 'ਤੇ ਕੰਮ ਕਰ ਲਵੇ ਉਹ ਆਪਣੇ ਆਪ ਨੂੰ ਜਿਉਂਦਾ ਰੱਖ ਸਕਦਾ ਕੈਨੇਡਾ 'ਚ। ਵਧੀਆ ਨਹੀਂ ਹੋਊਗਾ ਪਰ ਦੈਟਸ ਓਕੇ, ਦੇ ਕੈਨ ਸਰਵਾਈਵ। ਹੁਣ ਜੇ ਮੈਂ $25-30 ਮੈਨੂੰ ਘੰਟੇ ਦੇ ਮਿਲਣ ਲੱਗ ਜਾਂਦੇ ਆ ਤਾਂ ਇਹਦਾ ਮਤਲਬ ਆ ਕਿ ਮੈਂ ਉਸ ਫਿਜ਼ੀਕਲ ਲਾਈਫ ਨਾਲੋਂ ਹੁਣ ਮੈਨੂੰ ਕੁਛ ਹਾਇਰ ਲੈਵਲ ਦੀ ਜ਼ਿੰਦਗੀ ਜਿਉਣੀ ਪੈਣੀ ਆ। ਉਹ ਫਿਰ ਆਉਂਦੀ ਹੈਗੀ ਆ ਸਟੇਜ 2 'ਚ। ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਤੁਹਾਡਾ ਮਾਇੰਡ ਆ ਜਾਂ ਜਿਹਨੂੰ ਤੁਸੀਂ ਕਹਿ ਸਕਦੇ ਮੈਂ ਦਿਲ ਦੀ ਸੋਚ ਰੱਖਦਾ, ਮੈਂ ਦਿਲ ਰੱਖਦਾ, ਉਹਦੇ 'ਚ ਤੁਹਾਨੂੰ ਤੁਸੀਂ ਉਤਰਦੇ ਹੋ। ਤੁਹਾਨੂੰ ਐਕਚੁਅਲੀ ਇਹਦੇ 'ਚੋਂ ਨਿਕਲ ਕੇ ਇਹਦੇ 'ਚ ਆਉਣਾ ਪੈਂਦਾ। ਇਹਦੇ 'ਚ ਆਉਣ ਵਾਸਤੇ ਤੁਹਾਨੂੰ ਆਲਟ ਕੰਪੈਸ਼ਨ, ਆਲਟ ਦਾ ਮਤਲਬ ਹੈਗਾ ਪੋਇਟਰੀ, ਡਰਾਮਾ, ਮਿਊਜ਼ਿਕ, ਇਹ ਸਾਰੀਆਂ ਚੀਜ਼ਾਂ, ਇਹ ਆਲਟ ਦਾ ਮਤਲਬ ਇਹ ਆ, ਰਾਈਟ। ਕੰਪੈਸ਼ਨ ਫਿਰ ਆਉਂਦਾ ਕਿ ਤੁਸੀਂ ਆਪਣੇ ਆਪ ਨੂੰ ਇੰਟਲੈਕਚੁਅਲ ਜਿਹੜੇ ਬੰਦੇ ਆ ਉਹਨਾਂ ਨਾਲ ਤੁਹਾਡੀ ਸੰਗਤ ਹੋਣੀ ਚਾਹੀਦੀ ਹੈ। ਇੰਟਲੈਕਚੁਅਲ ਬੰਦੇ ਆ ਜਿਹੜੇ, ਨੋਰਮਲ ਬੰਦੇ ਨਹੀਂ ਗੇ। ਇਹ ਨਹੀਂ ਗਾ ਵੀ ਮੇਰਾ ਕਬੀਲਾ ਬਹੁਤ ਆ ਅਤੇ ਮੇਰੇ ਚਾਚੇ ਤਾਏ ਮਾਮੇ ਮੈਂ ਉਹਨਾਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਕਰਾਂ ਨਾ। ਉਹ ਕਹਿੰਦੇ ਬਾਹਰ ਨਿਕਲੋ, ਉਹ ਜਿਹੜੇ ਆ ਉਹ ਇੱਥੇ ਆਉਣਗੇ ਤੁਹਾਡੇ ਜਿਹੜੇ ਫੈਮਿਲੀ ਰਿਲੇਸ਼ਨਸ ਆ। ਆਹ ਜਿਹੜੀ ਸੈਕੰਡ ਸਟੇਜ ਆ ਇੱਥੇ ਜਿਹੜਾ ਰਿਲੇਸ਼ਨਸ਼ਿਪ ਆ ਉਹ ਬੁੱਧੀਜੀਵੀਆਂ ਨਾਲ ਆ, ਬੰਦੇ ਜਿਹੜੇ ਹਾਇਰ ਲੈਵਲ ਦੀ ਸੋਚ ਰੱਖਦੇ ਆ, ਜਿਹੜੇ ਡਿਫਰੈਂਟ ਸੋਚਦੇ ਆ, ਜਿਹੜੇ ਤੁਹਾਡੇ ਮਨ ਨੂੰ ਸ਼ਾਂਤ ਕਰਦੇ ਆ, ਜਿਹੜੀਆਂ ਚੀਜ਼ਾਂ ਨਾਲ ਤੁਹਾਡਾ ਸ਼ਾਂਤ ਹੁੰਦਾ। ਜਿਵੇਂ ਸਮੁੰਦਰ ਦੇ ਕਿਨਾਰੇ ਵਾਕ ਕਰਨੀ, ਸਮੁੰਦਰ ਦੇ ਕਿਨਾਰੇ ਜਿਹੜੇ ਬੰਦੇ ਇਸ ਸਟੇਜ 'ਚ ਨਹੀਂ ਨਿਕਲਦੇ, ਇੱਥੋਂ ਇੱਥੇ ਨਹੀਂ ਆਉਂਦੇ, ਉਹਨਾਂ ਵਾਸਤੇ ਸਮੁੰਦਰ ਦੇ ਕਿਨਾਰੇ ਵਾਕ ਕਰਨੀ ਬੇਵਕੂਫੀ ਆ। ਉਹ ਕਹਿਣਗੇ ਜੇ ਤੂੰ 4 ਘੰਟੇ ਸਮੁੰਦਰ ਦੇ ਪਹਿਲਾਂ ਗਿਆ, ਪਹਿਲਾਂ ਤਾਂ ਤੂੰ ਕਾਰ ਡਰਾਈਵ ਕਰਕੇ ਸਮੁੰਦਰ ਲੱਭਿਆ, ਫਿਰ ਤੂੰ ਕਹਿੰਦੇ ਪਾਰਕਿੰਗ 'ਤੇ $40 ਦਿੱਤੇ, ਫਿਰ ਤੂੰ ਕਹਿੰਦੇ ਸਮੁੰਦਰ ਦੇ ਕਿਨਾਰੇ ਤੁਰਿਆ, ਕਹਿੰਦੇ ਜੇ ਤੂੰ 6 ਘੰਟੇ ਕੰਮ ਕਰ ਲੈਂਦਾ ਤਾਂ 150 'ਚ ਤੈਨੂੰ ਦਿਹਾੜੀ ਪੈ ਜਾਂਦੀ। ਅਤੇ ਤੂੰ ਸਿਆਣਾ ਕਿ ਮੈਂ ਸਿਆਣਾ, ਕਹਿੰਦਾ ਮੈਂ ਤਾਂ ਕੰਮ ਕਰਕੇ $150 ਲੈ ਆਇਆ, ਤੂੰ ਕਹਿੰਦਾ $50-60 ਖਰਚ ਕਰਕੇ ਕਹਿੰਦਾ ਵਾਕ ਕੀਤੀ। ਜਿਹੜਾ ਇਸ ਸਟੇਜ 'ਚ ਬੰਦਾ ਉਹ ਇਸ ਸਟੇਜ ਦੇ ਬੰਦੇ ਨੂੰ ਬੇਵਕੂਫ ਸਮਝਦਾ, ਸਮਝਦੇ ਨਾ। ਆਹ ਜਿਹੜੀਆਂ ਚੀਜ਼ਾਂ ਹੁਣ ਜੇ ਆਪਾਂ ਦੇਖੀਏ, ਇੱਕ ਪਾਸੇ ਆਪਾਂ ਕਹਿ ਸਕਦੇ ਹਾਂ ਵੀ ਮੈਂ ਇਹ ਸਮਝਣਾ ਚਾਹੁੰਦਾ ਵੀ ਮੇਰੇ ਗੁਰੂ ਨੇ ਲਿਖਿਆ ਕੀ ਆ ਜਪਜੀ ਸਾਹਿਬ 'ਚ, ਅਤੇ ਮੈਂ ਥੋੜ੍ਹਾ ਜਿਹਾ ਬੈਠ ਕੇ ਮੈਂ ਟਾਈਮ ਲਾਵਾਂ, ਟਾਈਮ ਲਾ ਕੇ ਮੈਂ ਪੜ੍ਹਾਂ। ਹੁਣ ਮੈਂ 2 ਘੰਟੇ ਪੜ੍ਹਿਆ, ਦੂਸਰੇ ਬੰਦੇ ਨੂੰ ਆਪਾਂ ਦੱਸਦੇ ਹਾਂ ਵੀ ਮੈਂ ਅੱਜ 2 ਘੰਟੇ ਜਪਜੀ ਸਾਹਿਬ ਪੜ੍ਹਿਆ ਅਤੇ ਮੈਂ ਇੱਕ ਪੌੜੀ ਸਮਝਣ ਦੀ ਕੋਸ਼ਿਸ਼ ਕੀਤੀ, ਮੈਂ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਉਣਾ। ਉਹ ਕਹਿੰਦਾ ਅੱਛਾ, ਕਹਿੰਦਾ ਯਾਰ ਤੂੰ ਤੇਰੇ ਵਰਗਾ ਵੀ ਮੂਰਖ ਨਹੀਂ ਗਾ। ਤੁਸੀਂ ਪੁੱਛਦੇ ਹੋ ਵੀ ਕਿਉਂ, ਉਹ ਕਹਿੰਦਾ ਮੈਂ ਦੋ ਘੰਟਿਆਂ 'ਚ $50 ਕਮਾ ਲਏ। ਕਹਿੰਦਾ ਮੇਰੇ ਕਹਿੰਦਾ $50 ਕੰਮ ਆਉਣਗੇ ਅਤੇ ਤੂੰ ਕਹਿੰਦਾ ਜਪਜੀ ਸਾਹਿਬ 'ਚੋਂ ਕੀ ਕੱਢ ਲਿਆ ਓਏ। ਸੋ ਜਿਹੜੀਆਂ ਤੁਸੀਂ ਐਕਟੀਵਿਟੀ ਇਸ ਸਟੇਜ 'ਚ ਕਰਦੇ ਹੋ ਉਹ ਇਸ ਸਟੇਜ ਵਾਲੇ ਬੰਦੇ ਤੁਹਾਨੂੰ ਪਾਗਲ ਸਮਝਦੇ ਆ। ਹੁਣ ਜਦੋਂ ਤੁਸੀਂ ਇੱਧਰ ਆ ਗਏ ਤੁਸੀਂ ਕਹੋਗੇ ਮੈਂ ਡੌਰੀ ਨਹੀਂ ਲੈਣੀ, ਮੈਂ ਨਹੀਂ ਕਹਿ ਬਿਲੀਵ ਕਰਦਾ, ਰਾਈਟ, ਕਿਉਂਕਿ ਤੁਸੀਂ ਹੁਣ ਸੈਕੰਡ ਸਟੇਜ 'ਚ ਹੋ।
ਆ ਜਿਹੜੇ ਬੰਦੇ ਇੱਥੇ ਸਟਾਕਾ ਉਹ ਤਾਂ ਤੁਹਾਨੂੰ ਪਾਗਲ ਸਮਝਣਗੇ, ਉਹ 25 ਲੱਖ ਮਿਲਦਾ ਲੈ ਪਾਸੇ ਕਰ, ਕੀ ਤਕਲੀਫ ਆ ਤੈਨੂੰ, ਤੇਰੇ ਕਹੇ ਤੇ ਕਿਹੜਾ ਸਮਾਜ ਨੇ ਕੁਛ ਹੋ ਜਾਣਾ, ਤੂੰ ਲੈ ਕੇ ਆਪਣੇ ਮਤਲਬ ਕਿ ਆਪਣੇ ਮਾਂ ਪਿਓ ਨੂੰ ਦੇ ਦੇ। ਸੋ ਆਹ ਜਿਹੜੀ ਸਟੇਜ ਆ, ਆਹ ਜਿਹੜੀ ਸਟੇਜ ਆ, ਇਹ ਡਿਫਰੈਂਟ ਤੁਹਾਨੂੰ ਜ਼ਿੰਦਗੀ ਜਿਉਣ ਨੂੰ ਪਰਸਿਊ ਪੁਸ਼ ਕਰਦੀ ਆ। ਇਹਦੇ 'ਚ ਹੁਣ ਆਪਾਂ ਡਿਸਕ੍ਰੀਮੀਨੇਸ਼ਨ ਨਹੀਂ ਕਰਦੇ ਕਿਸੇ ਨਾਲ, ਆਪਾਂ ਡਿਸਕ੍ਰੀਮੀਨੇਸ਼ਨ ਨਹੀਂ ਕਰਦੇ ਇਸ ਸਟੇਜ 'ਚ। ਇਹਦੇ 'ਚ ਡਿਸਕ੍ਰੀਮੀਨੇਸ਼ਨ ਆ ਕਿਉਂਕਿ ਕਾਸਟ ਸਿਸਟਮ ਵੀ ਆ ਆਪਣੇ ਇੰਡੀਆ 'ਚ। ਆਹ ਸਟੇਜ 'ਚ ਆ ਜਦੋਂ ਤੁਸੀਂ ਸੋਚ, ਤੁਹਾਡਾ ਮਨ ਦੀ ਸੋਚ ਆ ਗਈ, ਤੁਸੀਂ ਕਹਿੰਦੇ ਹੋ ਵੀ ਨਹੀਂ ਮੈਂ ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਹੁਣ ਜਦੋਂ ਤੁਸੀਂ ਕਹੋਗੇ ਵੀ ਨਹੀਂ ਮੈਂ ਨਹੀਂ ਕਿਸੇ ਨਾਲ ਵਿਤਕਰਾ ਕਰਨਾ, ਮੈਂ ਤਾਂ ਜਿਹੜੇ ਸਾਡੇ ਪਿੰਡ ਦੇ ਗਰੀਬ ਆ ਮੈਂ ਤਾਂ ਉਹਨਾਂ ਨਾਲ ਬੈਠ ਕੇ ਰੋਟੀ ਖਾਣੀ ਆ, ਤੁਹਾਡੇ ਤਾਂ ਗਲ ਪੈ ਜਾਣਗੇ ਤੁਹਾਡੇ ਮਾਪੇ, ਉਹ ਕਹਿੰਦੇ ਦਿਮਾਗ ਖਰਾਬ ਆ ਤੂੰ, ਕਹਿੰਦੇ ਅਖੇ ਆ ਕੇ ਇੱਥੋਂ ਕੈਨੇਡਾ 'ਤੇ ਚਲੇ ਜਾਏਗਾ, ਰਹਿਣਾ ਤਾਂ ਸਾਰੀ ਉਮਰ ਇੱਥੇ ਹੀ ਆ, ਤੂੰ ਕਹਿੰਦਾ ਕੀ ਕਰੀ ਜਾਂਦਾ। ਸੁਣਿਆ ਇਹੋ ਜਿਹੀਆਂ ਗੱਲਾਂ ਵੀ ਹੁੰਦੀਆਂ ਆਪਣੇ ਪਿੰਡਾਂ 'ਚ ਹਨ, ਉਹ ਕਹਿੰਦੇ ਵੀ ਤੂੰ ਜਾ ਉੱਥੇ, ਤੂੰ ਐਵੇਂ ਇੱਥੇ ਮਹੀਨਾ ਕੁ ਵਾਸਤੇ ਰਹਿਣ ਆਇਆ ਤਾਂ ਸਾਡਾ ਇੱਥੇ ਤੂੰ ਕੰਮ ਨਜਾ ਨਾ ਖਰਾਬ ਕਰੀ। ਉਹ ਇਸ ਸਟੇਜ 'ਚੋਂ ਬਾਹਰ ਨਹੀਂ ਨਿਕਲਦੇ। ਸੋ ਹਾਇਰ ਪਰਪਸ ਆਫ ਲਾਈਫ ਹੈਗਾ ਕਿ ਤੁਸੀਂ ਸਟੇਜ 2 ਦੀ ਜ਼ਿੰਦਗੀ ਕ੍ਰੀਏਟ ਕਰ ਸਕਦੇ ਹੋ ਆਪਣੀ, ਜਿੱਥੇ ਤੁਹਾਨੂੰ ਸ਼ਾਂਤੀ ਮਿਲੇ। ਇੱਥੇ ਸ਼ਾਂਤੀ ਨਹੀਂ ਮਿਲ ਸਕਦੀ ਕਿਉਂਕਿ ਇੱਥੇ ਦੌੜ ਲੱਗੀ ਹੋਈ ਆ, ਕਿਤੇ ਪਹੁੰਚਣਾ, ਤੁਸੀਂ ਘਰ ਫ੍ਰੀ ਕਰਨਾ, ਬਿਜ਼ਨਸ ਸੈੱਟ ਕਰਨਾ, ਬੈਂਕ ਬੈਲੈਂਸ ਚਾਹੀਦਾ, ਇਲੈਕਸ਼ਨਾਂ ਲੜਨੀਆਂ, ਸਪੀਚਾਂ ਦੇਣੀਆਂ, ਰਾਈਟ, ਇੱਥੇ ਕਿਤੇ ਪਹੁੰਚਣਾ। ਇਹ ਸਟੇਜ 1 ਦੀ ਲੜਾਈ ਆ, ਆਹ ਸਟੇਜ 2 ਦੀ ਆ। ਇੱਥੇ ਹੁਣ ਤੁਸੀਂ, ਤੁਹਾਨੂੰ ਪਤਾ ਵੀ ਤੁਹਾਡੇ ਕੋਲ ਹੈਗਾ, ਕੋਈ ਫਰਕ ਨਹੀਂ ਪੈਂਦਾ ਜੇ ਮੇਰਾ 2000 ਦਾ ਸਕੁਏਅਰ ਫੀਟ ਦਾ ਘਰ ਆ ਕੇ 1200 ਸਕੁਏਅਰ ਫੀਟ ਦਾ, ਹੋ ਸਕਦਾ ਮੈਂ ਅਪਾਰਟਮੈਂਟ 'ਚ 700 ਸਕੁਏਅਰ ਫੀਟ ਹੀ ਹੋਵੇ ਮੇਰਾ, ਪਰ ਮੈਂ ਕੰਫਰਟੇਬਲ ਹਾਂ, ਜਿੱਥੇ ਵੀ ਹੈਗਾ ਮੈਂ ਕੰਫਰਟੇਬਲ ਹਾਂ, ਦਿਸ ਇਜ਼ ਫਾਈਨ ਵਿਦ ਮੀ। ਹੁਣ ਮੇਰੇ ਨਾਲ ਗੱਲ ਕਰੋ ਵੀ ਇੱਕ ਬੁੱਧੀਜੀਵੀ ਕੋਈ ਸੁਰਜੀਤ ਪਾਤਰ ਆਇਆ ਕਿਤੇ ਆਪਣੀ ਪੋਇਟਰੀ ਪੜ੍ਹਨ, ਮੈਂ ਉਹਨੂੰ ਸੁਣਨ ਜਾਊਂਗਾ, ਵਰਸਿਸ ਕਿ ਮਿਸ ਪੂਜਾ ਆਈ ਆ ਮੈਂ ਉਹਨੂੰ ਸੁਣਨ ਜਾਊਂਗਾ, ਡਿਪੈਂਡ ਕਰਦਾ। ਇੱਥੇ ਡਿਫਰੈਂਟ ਥਾਟਸ, ਫੀਲਿੰਗਸ ਅਤੇ ਲਾਈਕਿੰਗਸ ਆ, ਇੱਥੇ ਡਿਫਰੈਂਟ। ਫਿਰ ਇੱਕ ਥਰਡ ਸਟੇਜ ਆਉਂਦੀ ਆ। ਸੋ 3 ਸਟੇਜਾਂ, ਉੱਥੇ ਤੁਹਾਡੀ ਆਤਮਾ ਦੀ ਪੂਰਤੀ ਹੁੰਦੀ ਆ, ਇੱਥੇ ਮਨ ਦੀ ਪੂਰਤੀ ਹੁੰਦੀ ਆ, ਇੱਥੇ ਸਰੀਰ ਦੀ ਪੂਰਤੀ ਹੁੰਦੀ ਆ, ਆ ਸਰੀਰ ਦੀ ਆ, ਆ ਮਨ ਦੀ ਆ, ਇੱਥੇ ਆਤਮਾ ਦੀ ਪੂਰਤੀ ਹੁੰਦੀ ਆ। ਇਹ ਬਹੁਤ ਹੀ ਹਾਇਰ ਲੈਵਲ ਦੀ ਕੌਨਸ਼ੀਅਸ ਆ ਜਦੋਂ ਤੁਸੀਂ ਖੁਦ ਇੰਟਲੈਕਚੁਅਲ ਬਣਦੇ ਆ, ਜਦੋਂ ਤੁਹਾਡੇ ਅੰਦਰ ਵਿਤਕਰਾ ਖਤਮ ਹੋ ਜਾਂਦਾ। ਸੋ ਇੱਥੇ ਤੁਸੀਂ ਪਰਫੈਕਟ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਤੁਸੀਂ ਡਿਸਕ੍ਰੀਮੀਨੇਸ਼ਨ ਖਤਮ ਕਰਦੇ ਹੋ। ਡਿਸਕ੍ਰੀਮੀਨੇਸ਼ਨ ਤੋਂ ਭਾਵ ਹੈਗਾ ਦਵੰਦ ਦਾ, ਜਾਣੀ ਡਾਇਕੋਟਮੀ, ਇੰਗਲਿਸ਼ 'ਚ ਦਵੰਦ ਨੂੰ ਕਹਿੰਦੇ ਆ ਡਾਇਕੋਟਮੀ, ਆਹ ਖਤਮ ਕਰਦੇ ਹੋ। ਹੁਣ ਜੇ ਆਪਾਂ ਗੁਰੂ ਸਾਹਿਬ ਨੂੰ ਦੇਖੀਏ, ਉਹਨਾਂ ਦੀ ਜ਼ਿੰਦਗੀ ਦੇਖੀਏ, ਉਹਨਾਂ ਨੇ ਆਹ ਦਵੰਦ ਅਤੇ ਡਿਸਕ੍ਰੀਮੀਨੇਸ਼ਨ ਕਿਵੇਂ ਖਤਮ ਕੀਤਾ। ਆਪਣਾ 10ਵੇਂ ਗੁਰੂ ਦੀ ਆਪਾਂ ਐਗਜ਼ਾਮਪਲ ਲਈਏ, ਲੜਾਈ ਹੋਣੀ ਸੀ, ਲੜਾਈ ਹੋ ਰਹੀ ਆ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਮੇਰਾ ਮੁੰਡਾ ਜਾਊਗਾ ਕਿ ਨਹੀਂ ਜਾਊਗਾ, ਉਹਨਾਂ ਨੇ ਕਿਹਾ ਵੀ ਗੈਟ ਰੈਡੀ ਐਨਾ ਉਹ ਤੇਰਾ ਜਥਾ ਜਾ ਰਿਹਾ 5 ਬੰਦਿਆਂ ਦਾ, ਰਾਈਟ। ਉਹਨਾਂ ਨੇ ਇਹ ਕੋਈ ਡਿਸਕ੍ਰੀਮੀਨੇਸ਼ਨ ਨਹੀਂ ਕੀਤਾ ਕਿਸੇ 'ਚ, ਉਹਨਾਂ ਦੀ ਕੋਈ ਡਾਇਕੋਟਮੀ ਨਹੀਂ ਸੀ। ਕਿਉਂ? ਕਿਉਂਕਿ ਉਹ ਇਸ ਲੈਵਲ 'ਤੇ ਵੀ ਨਹੀਂ ਸੀ, ਇਸ 'ਤੇ ਵੀ ਨਹੀਂ ਸੀ, ਉਹ ਇੱਥੇ ਆ ਚੁੱਕੇ ਸੀ। ਉਹਨਾਂ ਨੂੰ ਹੁਣ ਡਿਸਕ੍ਰੀਮੀਨੇਸ਼ਨ ਨਹੀਂ ਲੱਗਦਾ, ਆਪਣੇ ਪ੍ਰਾਏ 'ਚ ਕੋਈ ਫਰਕ ਨਹੀਂ, ਸਾਰੇ ਇੱਕੋ ਜਿਹੇ ਆ। ਤਾਂ ਹੀ ਉਹ ਕਹਿੰਦੇ ਸੀ ਵੀ ਲੈ ਜੇ ਮੇਰੇ ਕਹਿੰਦਾ ਅਖੇ 4 ਮਰ ਗਏ ਤਾਂ ਮੇਰੇ ਤਾਂ ਕਹਿੰਦਾ ਲੱਖਾਂ ਹੀ ਹੋਰ ਹੈਗੇ ਆ। ਉਹ ਜਿਹੜੀ ਸੋਚ ਆ ਕਿੱਥੋਂ ਆਉਂਦੀ ਆ, ਉਹ ਹਾਇਰ ਪਰਪਸ ਆਫ ਲਾਈਫ 'ਚੋਂ ਆਉਂਦੀ ਆ। ਫਿਰ ਤੁਹਾਡਾ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਪਿਆਰ ਹੁੰਦਾ, ਤੁਸੀਂ ਮੋਹ ਟੁੱਟਦਾ। ਆਹ 2 ਸਟੇਜਾਂ ਦੇ ਵਿੱਚ ਤੁਹਾਡਾ ਮੋਹ ਆ, ਆਹ ਸਟੇਜ ਦੇ ਵਿੱਚ ਤੁਹਾਡਾ ਪਿਆਰ ਪੈਂਦਾ, ਰੀਅਲ ਪਿਆਰ ਪੈਂਦਾ। ਕੋਈ ਵੀ, ਚਾਹੇ ਉਹ ਤੁਸੀਂ ਕੁਰਾਨ ਨੂੰ ਪੜ੍ਹੋ, ਚਾਹੇ ਬਾਈਬਲ ਨੂੰ ਪੜ੍ਹੋ, ਚਾਹੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਚਾਹੇ ਭਗਵਤ ਗੀਤਾ ਨੂੰ ਪੜ੍ਹੋ, ਉਹ ਇਸ ਐਸਪੈਕਟ ਤੋਂ ਲਿਖੀ ਗਈਆਂ ਕਿਤਾਬਾਂ, ਇਸ ਐਸਪੈਕਟ ਤੋਂ ਉਹਨੂੰ ਜਦੋਂ ਆਪਾਂ ਇਸ ਸਟੇਜ 'ਚ ਪੜ੍ਹਦੇ ਹਾਂ, ਆਪਾਂ ਕਹਿੰਦੇ ਯਾਰ ਸਮਝ ਹੀ ਨਹੀਂ ਆਇਆ, ਆਈ ਡੋਂਟ ਨੋ ਕੀ ਲਿਖਿਆ ਹੋਇਆ, ਪਤਾ ਨਹੀਂ ਹੈ ਕੀ ਲਿਖਿਆ। ਉਹਨੂੰ ਸਮਝਣ ਵਾਸਤੇ ਆਪਾਂ ਨੂੰ ਇਸ ਸਟੇਜ 'ਚ ਉਤਰਨਾ ਪੈਂਦਾ, ਉਹਨੂੰ ਕਹਿੰਦੇ ਹਾਂ ਆਪਾਂ ਹਾਇਰ ਪਰਪਸ ਆਫ ਲਾਈਫ। ਬਈ ਇਹ ਵੀ ਕੀ ਹੋਇਆ, ਉਹਦੀ ਪਾਸ਼ ਦੀ ਬੜੀ ਵਧੀਆ ਪੋਇਟਰੀ ਹੈਗੀ ਆ, ਸਵੇਰੇ ਘਰੋਂ ਨਿਕਲਣਾ ਕੰਮ 'ਤੇ ਅਤੇ ਕੰਮ ਤੋਂ ਘਰ ਆ ਜਾਣਾ, ਹੈ ਨਾ, ਵੀ ਇਹੀ ਤਾਂ ਜ਼ਿੰਦਗੀ ਨਹੀਂ ਨਾ, ਵੀ ਇੱਥੋਂ ਸਵੇਰੇ ਉੱਠਿਆ ਕੰਮ 'ਤੇ ਚਲੇ ਗਿਆ, ਕੰਮ ਤੋਂ ਫਿਰ ਘਰ ਆ ਗਿਆ ਅਤੇ ਫਿਰ ਪੈ ਗਏ। ਉਹਨੇ ਵੀ ਹਾਇਰ ਪਰਪਸ ਦੀ ਗੱਲ ਕੀਤੀ ਆ ਵੀ ਆਹ ਜਿਹੜੀਆਂ 3 ਸਟੇਜਾਂ, ਇਹਦੇ ਵਿੱਚ ਦੀ ਆਪਾਂ ਨਿਕਲਣਾ ਕਿਵੇਂ ਆ। ਜੇ ਆਪਾਂ ਇਹਦੇ ਵਿੱਚ ਦੀ ਨਿਕਲ ਆਈਏ ਨਾ ਇੱਕ ਵਾਰੀ, ਦੈਨ ਵੀ ਕੈਨ ਸੇ ਹਾਂ, ਇੱਥੇ ਵੀ ਤੁਹਾਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲ ਜੂ।
ਤੁਹਾਨੂੰ ਬਾਲੇ ਬੰਦੇ ਇੱਥੇ ਕਹਿਣਗੇ ਨਹੀਂ ਇਸ ਸਟੇਜ 'ਚ ਜਦੋਂ ਤੁਸੀਂ ਪਹੁੰਚ ਜਾਂਦੇ ਹੋ ਕਿ ਤੂੰ ਯਾਰ ਵੱਡਾ ਘਰ ਲੈ ਲਾ, ਤੁਸੀਂ ਕਹੋਗੇ ਨਹੀਂ ਮੈਂ ਬਿਲਕੁਲ ਠੀਕ ਹਾਂ, ਤੁਹਾਡੇ 'ਤੇ ਅਸਰ ਨਹੀਂ ਹੋਊਗਾ। ਇਸ ਸਟੇਜ 'ਤੇ ਜੇ ਤੁਹਾਨੂੰ ਕੋਈ ਕਹੇ ਯਾਰ ਤੈਨੂੰ 40 ਸਾਲ ਹੋ ਗਏ ਕਨੇਡਾ ਆਇਆਂ ਨੂੰ, ਘੱਟੋ ਘੱਟ ਤੂੰ 5-6 ਹਜ਼ਾਰ ਸਕੁਏਅਰ ਫਿੱਟ ਦਾ ਘਰ ਤਾਂ ਹੋਣਾ ਚਾਹੀਦਾ ਸੀ ਨਾ, ਅਤੇ ਤੁਹਾਨੂੰ ਪਿੰਚ ਕਰੂਗਾ ਯਾਰ ਵਾਕਿਆ ਹੋਣਾ ਚਾਹੀਦਾ ਸੀਗਾ ਕਿਉਂਕਿ ਮੈਨੂੰ 40 ਸਾਲ ਹੋ ਗਏ, ਜਿਹੜਾ ਬੰਦਾ 10 ਸਾਲ ਪਹਿਲਾਂ ਆਇਆ ਉਹ ਲਈ ਬੈਠਾ ਏਡਾ ਵੱਡਾ ਘਰ ਤਾਂ ਜਿੰਨਾ ਮੇਰਾ, ਦੈਨ ਯੂ ਗੈਟ ਪਿੰਚਡ। ਇਸ ਜਗ੍ਹਾ 'ਤੇ ਤੁਹਾਨੂੰ ਪਿੰਚ ਨਹੀਂ ਹੁੰਦਾ, ਨੋਬਡੀ ਕੇਅਰਸ। ਇਸ ਜਗ੍ਹਾ 'ਤੇ ਤੁਹਾਨੂੰ ਹੁੰਦਾ ਵੀ ਕਿਹੜੇ ਬੰਦੇ ਨੂੰ ਸੁਣੀਏ, ਕਿਹੜਾ ਬੰਦਾ ਵਧੀਆ ਗੱਲ ਕਰਦਾ ਅਤੇ ਤੁਹਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ। ਇੱਥੇ ਆਪਾਂ ਮਨ ਦੀ ਸ਼ਾਂਤੀ ਦੀ ਗੱਲ ਕਰਦੇ ਹਾਂ। ਸੋ ਇਹ ਹਾਇਰ ਪਰਪਸ ਆਫ ਲਾਈਫ ਜਦੋਂ ਆਪਾਂ ਡਿਫਾਈਨ ਕਰਦੇ ਹਾਂ ਉਹ ਬੇਸਿਕਲੀ ਇਹ ਆ ਕਿ ਇੱਥੇ ਆਪਾਂ ਨੂੰ ਇੱਥੇ ਚੁਗਲੀਆਂ ਵੀ ਹੈਗੀਆਂ, ਇੱਥੇ ਹੇਰਾਫੇਰੀ ਵੀ ਹੈਗੀ ਆ, ਚਲਾਕੀ ਵੀ ਹੈਗੀ ਆ, ਫਰੇਬੀ ਵੀ ਹੈਗੀ ਆ, ਕਤਲ ਵੀ ਹੁੰਦਾ, ਇੱਥੇ ਸਾਰਾ ਕੁਛ ਹੁੰਦਾ, ਆਹ ਸਟੇਜ ਦੇ ਵਿੱਚ ਸਾਰਾ ਕੁਛ ਹੁੰਦਾ, ਐਵਰੀਥਿੰਗ ਇਜ਼ ਚਾਇਸ। ਇੱਥੇ ਬੇਸਿਕਲੀ ਅਸੀਂ ਸਰਵਾਈਵਲ ਆਫ ਦੀ ਫਿਟੈਸਟ ਕਹਿੰਦੇ ਹਾਂ, ਜਿਹਦਾ ਜੀ ਲੱਗਦਾ ਦੱਬ ਲਓ, ਕੋਈ ਕਿਸੇ ਦੀ ਜ਼ਮੀਨ ਦੱਬੀ ਬੈਠਾ, ਕੋਈ ਕਿਸੇ ਦਾ ਘਰ ਦੱਬੀ ਬੈਠਾ, ਕੋਈ ਕੁਛ ਕਰੀ ਜਾਂਦਾ, ਉਹ ਇਸ ਸਟੇਜ ਜਦੋਂ ਤੁਸੀਂ ਇਸ ਸਟੇਜ 'ਤੇ ਆਉਂਦੇ ਹੋ ਤੁਹਾਨੂੰ ਕੋਈ ਇੰਟਰਸਟ ਨਹੀਂ ਹੁੰਦਾ, ਯੂ ਆਰ ਨੋਟ ਕੰਸਰਨਡ ਵਿਦ ਐਨੀ ਆਫ ਦਿਸ। ਤੁਸੀਂ ਆਪਣੀ ਇੱਕ ਜ਼ਿੰਦਗੀ ਬੜੀ ਵਧੀਆ ਤਰੀਕੇ ਨਾਲ ਸਹਿੰਦੇ ਹੋ, ਔਰ ਜਦੋਂ ਤੁਹਾਡੇ ਘਰ ਦੇ ਵਿੱਚ ਤੁਸੀਂ ਇਸ ਸਟੇਜ 'ਤੇ ਜਿਉਂਦੇ ਹੋ ਫਿਰ ਤੁਹਾਡੀ ਦੌੜ ਪੈਸਿਆਂ 'ਤੇ ਨਹੀਂ ਹੁੰਦੀ, ਹਾਲਾਂਕਿ ਪੈਸੇ ਚਾਹੀਦੇ ਆ। ਕਿਤੇ ਵੀ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਇਹ ਨਹੀਂ ਲਿਖਿਆ ਜਾਂ ਕਿਸੇ ਵੀ ਆਪਣੇ ਨੇ ਨਹੀਂ ਇਹ ਨਹੀਂ ਕਿਹਾ ਕਿ ਤੁਸੀਂ ਪੈਸੇ ਨਾ ਕਮਾਓ, ਇਹ ਨਹੀਂ ਕਿਤੇ ਕਿਹਾ। ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਔਰ ਇਸ ਸਟੇਜ 'ਚ ਫਰਕ ਕੀ ਹੈ ਪੈਸਿਆਂ ਦਾ, ਕਿ ਇੱਥੇ ਆਪਾਂ ਪੈਸਿਆਂ ਦੀ ਪਕੜ ਕਰ ਲੈਂਦੇ ਹਾਂ, ਇੱਥੇ ਆਪਾਂ ਕਹਿੰਦੇ ਹਾਂ ਜੇ ਹੈਗੇ ਤਾਂ ਠੀਕ ਆ, ਨਹੀਂ ਵੀ ਹੈਗੇ ਤਾਂ ਉਨੇ 'ਚ ਸਾਰ ਲਾਂਗੇ, ਗੱਲ ਹੀ ਮੁੱਕ ਗਈ। ਸੋ ਇਟ ਡਜ਼ਨਟ ਮੇਕ ਦੈਟ ਮੱਚ ਆਫ ਏ ਡਿਫਰੈਂਸ, ਇੰਨਾ ਹੀ ਫਰਕ ਆ। ਸੋ ਜਿਹੜੀਆਂ ਹਾਇਰ ਪਰਪਸ ਆਫ ਲਾਈਫ ਆ ਉਹ ਐਂ ਕਰਕੇ ਆਪਣਾ ਹਾਇਰ ਪਰਪਸ ਡਿਫਾਈਨ ਹੁੰਦਾ ਜ਼ਿੰਦਗੀ ਦੇ ਵਿੱਚ।